ਜਿਹੜੇ ਕਿਰਤੀ ਲੋਕ ਹੈ ਉਹਨਾਂ ਦੀ ਹੋਂਦ ਨੂੰ ਬਚਾਉਣ ਦਾ ਸਵਾਲ ਹੈ ਉਹਨੇ ਇਹਦਾ ਘੇਰਾ ਬੜਿਆ ਵੀ ਆਹ ਸਾਡੇ ਜਿਵੇਂ ਉਹ ਮੋਹਨ ਸਿੰਘ ਦੀ ਕਰਤਾ ਵੀ ਇੱਕ ਲੋਕਾਂ ਦਾ ਧੜਾ ਹੈ ਇੱਕ ਜੋਕਾਂ ਦਾ ਧੜਾ ਹੈ ਉਹ ਇੱਧਰੋਂ ਜੋਕਾਂ ਵਾਲੇ ਪਾਸੋਂ ਕੱਟ ਕੇ ਲੋਕਾਂ ਵਾਲੇ ਪਾਸੇ ਦੀ ਗੱਲ ਕਰ ਰਿਹਾ ਹੈ ਇੱਕ ਵਪਾਰੀ ਦਾ ਤੁਸੀਂ ਲਾਓ ਸਾਹਿਬ ਅੰਦਾਜ਼ੇ ਕੀ ਲੱਗਦੇ ਆ ਪਿਛਲੇ ਦਿਨੀ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਵੱਲੋਂ ਇੱਕ ਲੇਖ ਪੜ੍ਹਿਆ ਉਹ ਹੱਥੋਂ ਕਰਦਾ ਹੈ ਉਹ ਕਹਿੰਦਾ ਆਤਮੋ ਕੰਨ ਕਰੋ ਜੇਠੂ ਕਾਹਦੇ ਵਿੱਚ ਇੱਕ 12-13 ਸਾਲ ਦੀ ਲੜਕੀ ਬੋਲਦੀ ਹੈ ਕਹਿੰਦਾ ਆਰਟੀ ਦੇ ਸਾਹਮਣੇ ਤੇ 80 ਸਾਲ ਦੀ ਸਾਡੀ ਮਾਂ ਵੀ ਬੋਲਦੀ ਹੈ ਧੂੜਕੋਟ ਦੇ ਵਿੱਚ ਕਹਿੰਦਾ ਇੱਕ ਨੇਪਾਲੀ ਔਰਤ ਬੋਲੀ ਜਾਂਦੀ ਹੈ ਆਰਟੀ ਦੇ ਸਾਹਮਣੇ ਕੰਨ ਕਰੋ ਇਹ ਗੱਲਾਂ ਕਿੱਥੇ ਹੁੰਦੀਆਂ ਅੱਜ ਬੱਚਾ ਬੱਚੀ ਉਹਦਾ ਕਹਿਣ ਦਾ ਮਤਲਬ ਹੈ ਵੀ ਬੱਚਾ ਬੱਚੀ ਉਹਨਾਂ ਗੱਲਾਂ ਨੂੰ ਦੇਸ਼ ਦੇ ਹਾਕਮਾਂ ਦੀਆਂ ਗੱਲਾਂ ਨੂੰ ਸਮਝ ਚੁੱਕਿਆ ਹੈ ਇਸ ਕਰਕੇ ਭਰਾਵੋ ਹਜੇ ਵੀ ਦਮ ਰੱਖ ਕੇ ਧਰਮਲ ਦੇ ਨਾਲ ਲੜਨ ਦੀ ਲੋੜ ਹੈ ਆਖਰ ਦੇ ਵਿੱਚ ਤੁਹਾਨੂੰ ਇਹੀ ਸੱਦਾ ਦਿੰਦਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੇ ਆਪਾਂ ਜਿਹੜੇ ਸੱਦੇ ਆਏ ਹੋਏ ਆ 30 ਜਥੇਬੰਦੀਆਂ ਦੇ ਕਾਮਯਾਬ ਆਹ ਮੋਰਚੇ ਨੂੰ ਵੀ ਕਾਮਯਾਬ ਕਰਨਾ ਹੈ ਤੇ ਜਿਹੜਾ ਬੰਦ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਵੀ ਕਾਮਯਾਬ ਕਰਨਾ ਹੈ ਆਪਾਂ ਬੰਦ ਆਏ ਨਹੀਂ ਕਰਾਉਣਾ ਜਦ ਧੱਕੇ ਨਾਲ ਦੁਕਾਨਾਂ ਬੰਦ ਕਰਤੀਆਂ ਆਪਾਂ ਬੰਦ ਆਏ ਨਹੀਂ ਕਰਾਉਣਾ ਧੱਕੇ ਨਾਲ ਟਰੱਕਾਂ ਰੋਕੀਆਂ ਅਸੀਂ ਲੋਕਾਂ ਕੋਲੇ ਝੋਲੀ ਅੱਡ ਕੇ ਜਾਣਾ ਹੈ ਅਸੀਂ ਉਹ ਕਾਰੋਬਾਰੀਆਂ ਕੋਲੇ ਜਾਣਾ ਹੈ ਆਉਣ ਵਾਲੇ ਦਿਨਾਂ ਵਿੱਚ ਵਿਆਹੁਣੀਆਂ ਬਣਾਉਤਾ ਵਿਆਹੁਤਾ ਤੁਸੀਂ ਆਪਦੇ ਮਨਾਂ ਦੇ ਵਿੱਚ ਹੁਣੇ ਬਣਾ ਲਓ ਵਿਆਹੁਤਾ ਪਿੰਡ ਦੇ 10-10 ਬੰਦੇ ਬਣਾ ਲਓ ਵਿਆਹੁਤਾ ਵੀ ਜਦ 90 ਤਾਂ ਜਾਇਆ ਕਰਾਂਗੇ ਧਰਨੇ 'ਚ 10 ਵਜੇ ਚੱਲ ਗਏ ਆਪਣਾ ਜਿਹੜਾ ਨੇੜੇ ਵਾਲਾ ਸ਼ਹਿਰ ਹੈ ਆਪਾਂ ਜੋ ਮੰਡੀ ਚੱਲਦੇ ਹਾਂ ਆਪਾਂ ਉੱਥੇ ਮਿਲਾਂਗੇ ਕਰਿਆਨੇ ਵਾਲਿਆਂ ਨੂੰ ਉੱਥੇ ਮਿਲਾਂਗੇ ਵਪਾਰੀਆਂ ਨੂੰ ਉੱਥੇ ਮਿਲਾਂਗੇ ਉਹਨਾਂ ਦੇ ਵਪਾਰ ਮੰਡਲ ਨੂੰ ਉੱਥੇ ਮਿਲਾਂਗੇ ਮਾਰਕੀਟ ਕਮੇਟੀ ਵਾਲਿਆਂ ਨੂੰ ਕਿਉਂਕਿ ਮੰਡੀ ਬੋਰਡ ਵੀ ਜਾਂਦਾ ਹੈ ਉੱਥੇ ਮਿਲਾਂਗੇ ਪੱਲੇਦਾਰਾਂ ਨੂੰ ਉਹ ਸਾਰੀ ਲੋਕਾਂ ਦੀ ਤਾਕਤ ਆ ਉੱਥੇ ਬੈਠੀ ਆ ਭਰਾਵੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੰਮ ਕਰਨੇ ਹੈ ਕਾਮਯਾਬੀ ਹੋਣੀ ਹੈ ਹੋ ਕੇ ਰਹਿਣੀ ਹੈ ਇਹ ਲੋਕਾਂ ਦਾ ਇਤਿਹਾਸ ਪਿਆ ਇਸ ਕਰਕੇ ਮੈਂ ਤਾਂ ਆਖਰੀ ਇਹੀ ਕਹਿੰਦਾ ਹੋਇਆ ਕਿ ਇੱਥੋਂ ਜਾਂਦੇ ਹੋ ਤੁਸੀਂ ਜੋ ਗੱਲਾਂ ਜਿੰਨੀਆਂ ਵੀ ਜਾਂਦੀਆਂ ਕਹਾਂ ਬਤਾਉਣਾ ਸ਼ੁਰੂ ਕਰਦੇ ਹੋ ਤੇ ਹੁਣ ਹਾਲਤ ਬਦਲੇ ਹੋਏ ਆ ਮੇਰੇ ਆਉਂਦੇ ਆ ਇੱਥੇ ਜਿਹੜੇ ਗਾਇਕਾਂ ਨੂੰ ਆਏ ਕਹਿੰਦੇ ਹੁੰਦੇ ਸੀ ਤੁਸੀਂ ਵੀ ਭਾਈ ਗਾਇਕਾਂ ਨੇ ਤਾਂ ਜਵਾਨੀ ਪੁੱਠੇ ਰਾਹ ਪਾ ਦਿੱਤੀ ਉਹ ਗਾਇਕਾਂ ਦਾ ਵੀ ਰੰਗ ਬਦਲਿਆ ਹੋਇਆ ਹੈ ਇੱਥੇ ਗੋਨਿਆਂ ਤੋਂ ਮਰਦਾ ਮੁੰਡਾ ਉਹ ਮਿਲ ਕੇ ਗਿਆ ਕਹਿੰਦਾ ਪ੍ਰਧਾਨ ਜੀ ਇੱਥੇ ਆਉਣਾ ਚਾਹੁੰਦੇ ਹਾਂ ਗੁਰਵਿੰਦਰ ਬਰਾੜ ਦਾ ਸੁਨੇਹਾ ਆਇਆ ਕਹਿੰਦਾ ਜੀ ਅਸੀਂ ਇੱਥੇ ਆਉਣਾ ਚਾਹੁੰਦੇ ਹਾਂ ਬੱਬੂ ਮਾਨ ਆਪਦੇ ਥਾਂ 'ਤੇ ਬੋਲੀ ਜਾਂਦਾ ਕੋਈ ਹਰਮਨ ਹੈ ਉਹ ਪਟਿਆਲੇ ਜਾਇਆ ਆ ਜਿਹੜੀ ਹਾਲਤ ਇੱਥੋਂ ਆ ਗਈ ਜਿਹੜੇ ਸਾਡੇ ਨਾਲ ਖਿੰਦੇ ਰਹੇ ਆ ਲੱਖੇ ਸਧਾਣੇ ਵਰਗਿਆਂ ਨੂੰ ਤੁਹਾਡੇ ਬਾਇਜ ਲਾ ਕੇ ਇਕੱਠਾ 'ਚ ਬੈਠਣਾ ਪੈ ਗਿਆ ਕਹਿੰਦਾ ਸੀ ਮੈਂ ਕਿਹਾ ਭਰਾਵਾ ਪਹਿਲਾਂ ਸੁਧਾਰ ਲਾ ਆਪਦੇ ਆਪ ਨੂੰ ਤੇਰੇ ਨਾਲ ਸਾਡੇ ਰੌਲੇ ਪੈਂਦੇ ਆ ਉਹਦੇ ਫੋਨ ਵੀ ਆਏ ਜਾਣੀ ਇੱਕ ਮਾਹੌਲ ਬਣਿਆ ਹੋਇਆ ਹੈ ਜਾਣੀ ਪਿਛਲੇ ਨਹੀਂ ਮੈਂ ਕੁੱਕੂ ਗਿੱਲ ਦੀ ਵੀਡੀਓ ਪੜ੍ਹੀ ਹੈ ਤੁਸੀਂ ਤਾਂ ਹੋ ਸਕਦਾ ਵੱਧ ਪੜ੍ਹੀ ਹੋਵੇ ਮੇਰੇ ਨਾਲੋਂ ਉਹ ਵੀ ਆਪਦੇ ਡਾਇਲੋਗ ਬੋਲ ਕੇ ਕਹਿ ਰਿਹਾ ਵੀ ਮੈਂ ਤਾਂ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਮੈਂ ਤਾਂ ਕਿਸਾਨੀ ਦੇ ਨਾਲ ਜੜਾ ਹੋ ਗਿਆ ਹੁਣ ਮੇਰਾ ਦੂਜਾ ਧੰਦਾ ਦੂਜੇ ਪਾਸੇ ਹੈ ਮੈਂ ਤਾਂ ਹੁਣ ਕਿਸਾਨਾਂ ਨਾਲ ਖੜੂੰਗਾ ਤੇ ਦੂਜਿਆਂ ਨੂੰ ਕਰੂੰਗਾ ਬੇਨਤੀ ਵੀ ਆ ਜਾਓ ਪੰਜਾਬ 'ਚ ਅੱਜੇ ਆ ਇੱਕ ਮਾਹੌਲ ਹੈ ਪਰ ਇਸ ਮਾਹੌਲ ਨੂੰ ਬੂਹਾ ਭਰਾਵੋ ਤੁਸੀਂ ਦੇਣਾ ਤੁਹਾਡੇ ਮੋਢਿਆਂ 'ਤੇ ਜ਼ਿੰਮੇਵਾਰੀ ਹੈ ਅਤੇ ਮੈਨੂੰ ਪੂਰਨ ਆਸ ਹੈ ਤੁਸੀਂ ਇਸ ਜ਼ਿੰਮੇਵਾਰੀ ਨੂੰ ਪੂਰੀ ਕਾਮਯਾਬੀ ਦੇ ਨਾਲ ਤਹੱਮਤ ਦੇ ਨਾਲ ਧੜੱਲੇ ਦੇ ਨਾਲ ਦਮ ਰੱਖ ਕੇ ਅੱਕੋਗੇ ਨਹੀਂ ਥੱਕੋਗੇ ਨਹੀਂ ਕਿਸੇ 'ਤੇ ਹੱਕ ਗੁੱਸਾ ਨਹੀਂ ਕਰੋਗੇ ਝੋਲੀ ਅੱਡ ਕੇ ਲੋਕਾਂ ਕੋਲ ਜਾਓਗੇ ਅਤੇ ਲੋਕਾਂ ਦਾ ਹੱਲ ਆਊਗਾ ਇਹਨਾਂ ਦੀ ਮੰਜੀ ਬੁੱਧੀ ਵਾਰ ਦਾਂਗੇ ਇੰਨੀਆਂ ਗੱਲਾਂ ਦੇ ਨਾਲ ਹੀ ਤੁਹਾਡਾ ਸਭਨਾਂ ਦਾ ਧੰਨਵਾਦ ਬਲਾਕ ਦੇ ਮਨਜਿੰਦਰ ਪੱਪੀ ਜੋ ਲਗਾਤਾਰ ਇਸ ਸਾਡੀ ਸੇਵਾ ਤੇ ਲੱਗੇ ਹੋਏ ਗਏ ਜਿਹੜੇ ਔਖੇ ਕੰਮਾਂ ਦੇ ਵਿੱਚ ਕਰੋਨਾ ਹੋਈ ਜਿੱਥੇ ਮੈਡੀਵਲ ਫੰਡ ਕੀਤੇ ਗਏ ਜਿੱਥੇ ਮਹਿੰਦੀ ਮਹਿੰਗੀ ਲੁੱਟ ਹਸਪਤਾਲ ਬੰਦ ਸੀ ਉਦੋਂ ਔਖੇ ਸਮੇਂ ਦੇ ਵਿੱਚ ਇਹ ਸਾਡੇ ਡਾਕਟਰ ਸਾਡੇ ਕੰਮ ਆਏ ਨੇ
ਮੌਤ ਦੇ ਵਰੰਟਾਂ ਸਮਾਨ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਡੀਕੇ ਜੁਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤੇ ਇਕੱਠ ਦੇ ਵਿੱਚ ਹਾਜ਼ਰ ਛੇ ਜ਼ਿਲ੍ਹਿਆਂ ਤੋਂ ਆਏ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨਾਂ ਮਜ਼ਦੂਰਾਂ ਮਿਹਨਤਕਸ਼ ਲੋਕਾਂ ਸਾਡੀਆਂ ਮਾਵਾਂ ਭੈਣਾਂ ਸਾਰੇ ਆਗੂ ਬੋਲ ਗਏ ਨੇ ਸ਼ਿੰਗਾਰਾ ਸਿੰਘ ਮਾਨ ਵੀ ਬੋਲ ਗਏ ਨੇ ਜ਼ਿਆਦਾ ਗੱਲ ਇਸ ਮਸਲੇ 'ਤੇ ਕਰਨੀ ਵਾਜਬ ਨਹੀਂ ਜਦੋਂ ਅੱਜ ਸੰਕਟ ਖੇਤੀ ਸੰਕਟ ਡੂੰਘਾ ਹੋ ਰਿਹਾ ਅੱਜ ਤੁਸੀਂ ਸਾਡੇ ਕਿਸਾਨ ਮਜ਼ਦੂਰ ਖੇਤੀ ਲੋਕ ਆਪਦਾ ਢਿੱਡ ਪੇਟ ਬੰਨ੍ਹ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਦੋਂ ਤੁਸੀਂ